ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਗਾ ਦੀ ਇੱਕ ਔਰਤ ਵੱਲੋਂ ਆਪ ਦੇ ਘਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਗੱਦੀ ਲਗਾਈ ਜਾਂਦੀ ਹੈ ਅਤੇ ਨਾਲ ਹੀ ਉਹ ਔਰਤ ਇਹ ਵੀ ਕਹਿੰਦੀ ਹੈ ਕਿ ਉਸ ਦੇ ਅੰਦਰ ਬਾਬਾ ਦੀਪ ਸਿੰਘ ਜੀ ਆਉਂਦੇ ਨੇ ਅਤੇ ਇਸ ਦੇ ਨਾਲ ਹੀ ਉਹ ਗੁਰਬਾਣੀ ਦੇ ਸ਼ਬਦ ਇੱਕ ਕਾਗਜ਼ 'ਤੇ ਲਿਖ ਕੇ ਧਾਗੇ ਤਵੀਤ ਕਰਕੇ ਲੋਕਾਂ ਨੂੰ ਦਿੰਦੀ ਹੈ। ਇਸ ਸੰਬੰਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਔਰਤ ਦੇ ਘਰ ਜਾ ਕੇ ਸਭ ਦੇਖਿਆ ਗਿਆ ਅਤੇ ਇਹ ਸਭ ਬੰਦ ਕਰਨ ਲਈ ਕਿਹਾ ਗਿਆ, ਪਰ ਉਹ ਔਰਤ ਨਾ ਮੰਨੀ। ਜਿਸ ਸੰਬੰਧ 'ਚ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਸਦਰ ਫਿਰੋਜ਼ਪੁਰ ਵਿਖੇ ਇੱਕ ਸ਼ਿਕਾਇਤ ਦਿੱਤੀ ਗਈ ਅਤੇ ਰੋਸ ਪ੍ਰਦਰਸ਼ਨ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਾਮਲਾ ਇੱਕ ਪਿੰਡ ਪੱਲਾ ਮੇਗਾ ਕਹਿੰਦੇ ਆ ਥਾਣੇ ਸਦਰ 'ਚ ਪੈਂਦਾ ਹੈ, ਜੋ ਕਿ ਉੱਥੇ ਹਰਜੰਤ ਕੌਰ ਦੇ ਨਾਂ ਦੀ ਇੱਕ ਔਰਤ, ਉਹ ਕਹਿੰਦੀ ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ ਹੈ। ਉਹਦੇ ਕਰਕੇ ਜੋ ਸ਼ਿਕਾਇਤ ਮੰਦ ਸਿੰਘਾਂ ਨੂੰ ਜਾ ਕੇ ਰੇਟ ਕੀਤਾ ਅਤੇ ਉਹਦੇ ਘਰੋਂ ਤੋਂ ਬੜੀਆਂ ਬਾਣੀ ਦੇ ਲਿਖੇ ਹੋਏ ਸ਼ਬਦ ਕਿਹੜੇ ਲੋਕਾਂ ਨੂੰ ਲਿਖ ਕੇ ਦਿੰਦੀ ਸੀ, ਜਲ ਹੋਰ ਨਿਸ਼ਾਨ ਸਿੰਘ ਤਣੀਆਂ ਹੋਰ ਵਗੈਰਾ ਮੌਲੀ ਵਗੈਰਾ ਕਿਹੜਾ ਪਖੰਡ ਕਰਕੇ ਲੋਕਾਂ ਨੂੰ ਦਿੰਦੀ ਸੀ, ਉਹ ਚੈੱਕ ਕਰਕੇ ਫੜਿਆ ਅਤੇ ਉਹਨੂੰ ਕਿਹਾ ਵੀ ਬੰਦ ਕਰ ਦੇ। ਉਹ ਨਾ ਹਟੀ ਖੀਰੀ ਮਸਲਾ ਥਾਣੇ ਸਦਰ 'ਚ ਪਹੁੰਚ ਗਿਆ। ਥਾਣੇ ਸਦਰ 'ਚ ਪੰਚਾਇਤਾਂ ਇਕੱਠੀਆਂ ਹੋਈਆਂ, ਦੋਵਾਂ ਪਾਸੋਂ ਇਕੱਠ ਹੋਇਆ ਅਤੇ ਉਹਨੂੰ ਇੱਕ ਗੱਲ ਆਖੀ ਗਈ ਵੀ ਤੂੰ ਹੋਰ ਕਿਹਨੂੰ ਮਰਜ਼ੀ ਮੰਨ, ਇੱਥੇ ਲਾਲਾਂ ਵਾਲੀ ਗੱਦੀ ਲਾ, ਕਿਸੇ ਦੀ ਲਾ, ਖੇਤਰਪਾਲ ਦੀ ਲਾ, ਸਾਨੂੰ ਕੋਈ ਇਤਰਾਜ਼ ਨਹੀਂ। ਫਿਰ ਕਿਹੜੇ ਸਾਡੇ ਕੌਮ ਦੀ ਸ਼ਹੀਦ ਨੇ ਨਾ, ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਕੋਲ ਕੌਮੀ ਸ਼ਹੀਦ ਨੇ, ਉਹਨਾਂ ਨੂੰ ਕੋਈ ਨਾਂ ਨਹੀਂ ਵਰਤ ਸਕਦਾ, ਉਹਨਾਂ ਨਾਂ ਬੰਦ ਕਰ ਦਿਓ। ਮੰਨ ਗਈ, ਉਹਨੇ ਲਿਖ ਕੇ ਦੇਤਾ ਐਫੀਡੇਟ, ਸਾਈਨ ਕਰ, ਕਹਿੰਦੀ ਮੈਂ ਕਰ ਦਿਆਂਗੀ। ਪਰ ਅਗਲੇ ਦਿਨ ਜਾ ਕੇ ਫਿਰ ਮੁੱਕਰ ਗਈ ਘਰ ਜਾ, ਕਹਿੰਦੀ ਮੈਂ ਗੱਦੀ ਲਾਉਣੀ ਆ। ਕਦੋਂ ਐਸ ਐਚ ਓ ਸਦਰ ਨੂੰ ਫਿਰ ਦੁਬਾਰਾ ਦੱਸਿਆ, ਡੀ ਐਸ ਪੀ ਨੇ ਗੱਲ ਕੀਤੀ, ਫਿਰ ਪ੍ਰਸ਼ਾਸਨ ਵੱਲੋਂ ਕੋਈ ਨਾ ਮੁਹਾਰਾ ਮਿਲਣ ਅਤੇ ਇਹਨਾਂ ਕੋਲ ਗੱਲ ਪਰਸੋਂ ਲਿਖਤੀ ਬਿਆਨ ਲੈ, ਕਹਿੰਦੇ ਲੀਗਲ ਡੀ ਏ ਸਲਾਹ ਲਾਂਗੇ। ਮੈਂ ਐਸ ਐਚ ਨੂੰ ਆਖਿਆ ਵੀ ਲੀਗਲ ਡੀ ਏ ਸਲਾਹ ਉਸ ਚੀਜ਼ ਦੀ ਲਈ ਜਾਂਦੀ ਹੈ ਵੀ ਕਹਿੰਦਾ ਕੋਈ ਪਰੂਫ ਨਾ ਹੋਵੇ, ਤਾਂ ਉਹਨੂੰ ਬਕਾਇਦਾ ਸੀ ਡੀ ਬਣਾ ਕੇ ਦਿੱਤੀ ਉਹਨੇ ਜ਼ੁਲਮਾਂ ਦੀ, ਜਿਹੜੇ ਸਾਡੇ ਕੌਮ ਦੇ ਬਿਲਕੁਲ ਖਿਲਾਫ ਨੇ। ਸ਼ਬਦ ਦੇਣੇ, ਬਾਣੀ ਦੇ ਸ਼ਬਦ ਗਾਂ ਲੋਕਾਂ ਨੂੰ ਲਿਖ ਕੇ ਦੇਣੇ ਜਾਂ ਇਹੋ ਜਿਹੇ ਕਾਗਜ਼ਾਂ ਲਿਖ ਕੇ, ਬਿਲਕੁਲ ਸਾਡੀ ਗੁਰਮਤਿ ਦੇ ਉਲਟ ਨੇ। ਅਤੇ ਇਹਨਾਂ ਦੇ 295 ਦਾ ਪਰਚਾ ਦਰਜ ਕਰਕੇ ਜੇਲ੍ਹ 'ਚ ਬੰਦ ਕੀਤਾ ਜਾਵੇ ਇਹਦੇ ਪਰਿਵਾਰ ਨੂੰ। ਫਿਰ ਐਸ ਐਚ ਓ ਕਹਿੰਦਾ ਮੈਂ ਲੀਗਲ ਡੀ ਏ ਸਲਾਹ ਲਾਂਗਾ। ਮੈਂ ਐਸ ਐਚ ਓ ਸਾਹਿਬ, ਲੀਗਲ ਡੀ ਏ ਸਲਾਹ ਨਹੀਂ ਬਣਦੀ। ਅਤੇ ਉਸ ਕਰਕੇ ਫਿਰ ਅਸੀਂ ਕਿਹਾ ਵੀ ਅਸੀਂ ਇੱਥੇ ਮੋਰਚਾ ਲਾਵਾਂਗੇ ਅੱਜ, ਇਸ ਕਰਕੇ ਉਹ ਜਨਾਨੀ ਦੇ ਪਰਚਾ ਕਰਾਉਣ ਦੀ ਉਸ ਔਰਤ 'ਤੇ ਅੱਜ ਇੱਥੇ ਸਾਰੇ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਜਿਸ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਏਕ ਨੂਰ ਖਾਲਸਾ ਫੌਜ, ਫੈਡਰੇਸ਼ਨ ਮਹਿਤਾ, ਭਾਈ ਨੱਥਾ, ਭਾਈ ਅਬਦੁੱਲਾ, ਗ੍ਰੰਥੀ ਸਭਾ, ਰਾਗੀ ਸਭਾ, ਹੋਰ ਜਥੇਬੰਦੀਆਂ ਪਹੁੰਚ ਰਹੀਆਂ ਨੇ। ਇਸ ਕਰਕੇ ਇੱਥੇ ਮੋਰਚਾ ਲਾਇਆ, ਉਹਨਾਂ ਚਿਰ ਇੱਥੇ ਬੈਠਾਂਗੇ ਜਿੰਨਾ ਚਿਰ ਉਹ ਔਰਤ 'ਤੇ ਪਰਚਾ ਦਰਜ ਨਹੀਂ ਹੁੰਦਾ ਅਤੇ ਉਹਨੂੰ ਜੇਲ੍ਹਾਂ ਪਿੱਛੇ ਬੰਦ ਵੀ ਪਖਾ। ਤੁਸੀਂ ਉਸ ਔਰਤ ਨੂੰ ਮਿਲੇ ਵੀ ਸੀ ਆ ਕੇ? ਬਿਲਕੁਲ ਬਿਲਕੁਲ, ਘਰ ਜਾ ਕੀਤਾ, ਘਰ ਜਾ ਕੇ ਇੱਥੇ ਥਾਣੇ 'ਚ 2 ਘੰਟੇ ਬੈਠੀ ਸਰ, 2 ਵਾਰੀ ਸਾਡੇ ਨਾਲ ਮੀਟਿੰਗ ਥਾਣੇ 'ਚ ਕਰੀ ਉਹਨੇ, ਉਹਨੂੰ ਗੱਲ ਸਾਹਿਬ ਦੱਸੀ ਕਿ ਬਾਬਾ ਦੀਪ ਸਿੰਘ ਕੋਈ ਸਾਨੂੰ ਸੁਣਾ ਚੀਜ਼ ਕੁਛ ਨਹੀਂ ਦਿਖਾ ਸਕੀ। ਫਿਰ ਉਹਦਾ ਘਰ ਦਾ ਵੀ ਸ਼ਰਾਬ ਪੀਂਦਾ, ਉਹਦੇ ਮੁੰਡੇ ਵੀ ਸ਼ਰਾਬ ਪੀਂਦੇ ਨੇ, ਅਤੇ ਆਪ ਕਾਤਰਾ ਪਾ ਕੇ ਪਖੰਡ ਕਰਦੀ, ਸ਼ਹੀਦਾਂ ਦੇ ਨਾਲ ਗਮਰਾਹ ਕਰਦੀ। ਕਿੰਨਾ ਚਿਰ ਤੁਹਾਡਾ? ਮੇਰਾ ਨਾਂ ਲਖਵੀਰ ਸਿੰਘ, ਮਹਾਲਮ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ।